ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੁੱਲ ਕਾਇਨਾਤ ਦੇ ਮਾਲਕ ਕੀ ਕਹਿੰਦੇ ਨੇ? ਦੇਖੋ, ਸਮਝਿਓ ਇਸ ਗੱਲ ਨੂੰ, ਭਗਤੀ ਨਾਲ ਸ਼ਕਤੀ ਜ਼ਰੂਰੀ ਹੈ। ਕ੍ਰਿਸ਼ਨ ਜੀ ਦੇ ਸਾਹਮਣੇ ਅਰਜੁਨ ਨੇ ਧਨੁੱਖ ਸੁੱਟ ਦਿੱਤਾ ਹੈ, ਕਹਿੰਦਾ ਮੈਂ ਭਰਾਵਾਂ ਨੂੰ ਮਾਰਾਂ, ਮੈਂ ਭਰਾਵਾਂ ਨੂੰ ਮਾਰਾਂ, ਮੈਂ ਦੁਰਯੋਧਨ ਦੀ ਹਿੱਕ ਤੇ ਚੜ੍ਹ ਕੇ ਤਖ਼ਤ ਮੱਲਾਂ, ਕੋਈ ਚਾਚੇ ਦਾ ਕੋਈ ਤਾਏ ਦਾ ਸਾਰਾ ਤੇ ਮੇਰਾ ਪਰਿਵਾਰ ਹੈ, ਮੇਰੇ ਸ਼ਰੀਕ ਨੇ, ਕੀ ਇਹਨਾਂ ਨੂੰ ਮਾਰ ਕੇ ਤਖ਼ਤ ਮੱਲਾਂ? ਮੈਥੋਂ ਨਹੀਂ ਇਹ ਹੁੰਦਾ, ਮੈਥੋਂ ਆਪਣਾ ਸਰੀਰ ਨਹੀਂ ਕੱਟਿਆ ਜਾਣਾ। ਤੇ ਕ੍ਰਿਸ਼ਨ ਨੇ ਭਗਵਤ ਗੀਤਾ ਉਚਾਰੀ ਹੈ, ਭਗਵਤ ਗੀਤਾ, ਭਗਵਾਨ ਦੇ ਗੀਤ, ਕਿਉਂ? ਸਿਰਫ ਉਹਦੇ ਡਿੱਗੇ ਸ਼ਸਤਰ ਨੂੰ ਉਹਦੇ ਹੱਥ ਵਿੱਚ ਫੜਾਉਣ ਦੇ ਲਈ। ਭਗਵਾਨ ਕ੍ਰਿਸ਼ਨ ਕਹਿੰਦੇ ਵੀ ਸਰੀਰ ਤੇ ਮਵਾਦੀ ਫੋੜਾ ਨਿਕਲ ਆਵੇ ਨਾ, ਜਿਹੜੇ ਹਿੰਦੂ ਵੀਰ ਕਹਿੰਦੇ ਸਿੱਖੋ, ਉਹ ਕੋਈ ਹੋਰ ਗੱਲ ਵੀ ਕਰਿਆ ਕਰੋ, ਤਲਵਾਰਾਂ ਦੀਆਂ ਹੀ ਗੱਲਾਂ ਆਉਂਦੀਆਂ ਨੇ। ਤੇ ਮੈਂ ਉਹਨਾਂ ਹਿੰਦੂ ਵੀਰਾਂ ਨੂੰ ਵੀ ਕਈ ਵਾਰ ਸਮਝਾਉਣਾ ਚਾਹੁੰਦਾ ਵੀ ਦੱਸਣਾ ਚਾਹੁੰਦਾ ਹੈ, ਤੁਹਾਡੇ ਕ੍ਰਿਸ਼ਨ ਜੀ ਨੇ ਸਾਰੀ ਗੀਤਾ ਹੀ ਹਥਿਆਰ ਡਿੱਗੇ ਚੁਕਾਉਣ ਲਈ ਉਚਾਰੀ ਹੈ, ਹੋਰ ਗੀਤਾ ਦਾ ਕਾਰਨ ਹੀ ਕੋਈ ਨਹੀਂ ਹੈ। ਤੇ ਜੇ ਤੁਹਾਡੇ ਇਸ਼ਟ ਤੁਹਾਡੇ ਭਗਵਾਨ ਕਹਿੰਦੇ ਤਲਵਾਰ ਫੜੋ, ਤੇ ਜੇ ਸਾਡਾ ਬਾਪੂ ਕਲਗੀਧਰ ਕਹਿ ਗਿਆ ਤੇ ਤੁਹਾਨੂੰ ਸਾਡੀ ਤਲਵਾਰ ਤੋਂ ਬੜੀ ਤੰਗੀ ਹੈ? ਇਹ ਉਹੀ ਤਲਵਾਰ ਹੈ ਜਿਹਨੇ ਹਿੰਦੂ ਵੀਰੋ ਤੁਹਾਡੇ ਗਲਾਂ ਚੋਂ ਗੁਲਾਮੀ ਦੇ ਸੰਗਲ ਲਾਏ ਸੀ। ਉਦਣ ਤਲਵਾਰ ਚੰਗੀ ਸੀ ਜਿਸ ਦਿਨ ਬਾਬਾ ਤੇਗਾ ਸਿੰਘ ਵਰਗੇ ਹਿੰਦੂ ਵੀਰਾਂ ਦੀਆਂ ਬਹੁ ਬੇਟੀਆਂ ਮੁਗਲਾਂ ਦੇ ਚੁਗਲ ਚੋਂ ਛਡਾਉਂਦੇ ਸੀ, ਤੇ ਜੇ ਅੱਜ ਚੁੱਕ ਲਈਦੇ ਆ, ਜੱਤਵਾਦੀ ਦੱਸਦੇ ਨੇ ਸਾਨੂੰ, ਉਦੋਂ ਤਲਵਾਰ ਚੰਗੀ ਸੀ। ਇਹ ਦੋਹਰੀ ਰਾਜਨੀਤੀ ਹੈ, ਇਹ ਦੋਹਰੀ ਸੋਚ ਹੈ, ਇਹ ਦਵੈਸ਼ ਹੈ। ਕ੍ਰਿਸ਼ਨ ਕਹਿੰਦੇ ਚੁੱਕ ਆਪਣਾ ਤਨੁੱਖ ਤਲਵਾਰ ਚੁੱਕ, ਅਰਜਨ ਕਹਿੰਦਾ ਨਹੀਂ ਚੁੱਕਣਾ। ਕ੍ਰਿਸ਼ਨ ਕਹਿੰਦੇ ਤੇਰੇ ਸਰੀਰ ਤੇ ਨਿਕਲ ਆਵੇ ਮੁਆਦੀ ਫੋੜਾ, ਤੇ ਤੈਨੂੰ ਹਕੀਮ ਆਖੇ ਵੀ ਇਸ ਮੁਆਦੀ ਫੋੜੇ ਦੇ ਕਾਰਨ ਇਹਦੀ ਜੜ ਇੰਨੀ ਡੂੰਘੀ ਹੈ, ਤੇਰੇ ਸਰੀਰ ਦਾ ਵਜੂਦ ਮਿਟ ਜਾਣਾ ਹੈ। ਕੈਂਸਰ ਹੋ ਸਕਦੀ, ਅੱਜ ਕੱਲ੍ਹ ਹੋ ਜਾਂਦੀ ਕਿ ਨਹੀਂ? ਕਈ ਵਾਰ ਸਰੀਰ ਵਿੱਚ ਟਿਊਮਰ ਹੁੰਦਾ, ਡਾਕਟਰ ਕਹਿੰਦੇ ਕੱਢ ਦਿਓ ਨਹੀਂ ਤੇ ਕੈਂਸਰ ਫੈਲ ਜਾਵੇਗੀ। ਹੈ ਤੇ ਸਰੀਰ ਦਾ ਹੀ ਹਿੱਸਾ ਨਾ, ਕੱਟਣਾ ਪਿਆ ਕਿ ਨਹੀਂ? ਉਹ ਮੁਆਦੀ ਫੋੜੇ ਨੂੰ ਚੀਰ ਕਿਉਂ ਦੇਣਾ ਪਿਆ, ਚੀਰ ਕੇ ਸੁੱਟਣਾ ਕਿਉਂ ਪਿਆ? ਕਿਉਂਕਿ ਹਕੀਮ ਨੇ ਦੱਸਿਆ ਜੇ ਇਹਨੂੰ ਨਾ ਚੀਰਿਆ ਤੇ ਤੈਨੂੰ ਚੀਰ ਦੇਣਾ ਹੈ, ਤੈਨੂੰ ਮੁਕਾ ਦੇਵੇਗਾ। ਤੇ ਜੇ ਕੋਈ ਹਕੀਮ ਦੇ ਸਾਹਮਣੇ ਬੈਠਾ ਕੋਈ ਰੋਗੀ ਇਹ ਗੱਲ ਆਖੇ ਵੀ ਮੈਂ ਟਿਊਮਰ ਸਾਂਭ ਕੇ ਰੱਖਣਾ ਹੈ, ਮੁਆਦੀ ਫੋੜਾ ਸਾਂਭ ਕੇ ਰੱਖਣਾ ਹੈ, ਤੇ ਕਿੰਨੇ ਦਿਨ ਕੱਢੇਗਾ? ਕ੍ਰਿਸ਼ਨ ਕਹਿੰਦੇ ਭਾਵੇਂ ਤੇਰੇ ਭਾਈ ਨੇ, ਭਾਵੇਂ ਤੇਰੇ ਦਰੋਣਾਚਾਰਿਆ ਵਰਗੇ ਗੁਰੂ ਨੇ, ਇਹ ਭਾਰਤ ਵਰਸ਼ ਦੀ ਸੰਸਕ੍ਰਿਤੀ ਤੇ ਸਰੀਰ ਤੇ ਪੈਦਾ ਹੋਏ, ਇਨਸਾਨੀਅਤ ਦੇ ਸਰੀਰ ਤੇ ਪੈਦਾ ਹੋਏ ਉਹ ਫੋੜੇ ਨੇ, ਜੇ ਇਹਨਾਂ ਨੂੰ ਕੱਟ ਕੇ ਨਾ ਸੁੱਟਿਆ ਗਿਆ ਤੇ ਸਾਰਾ ਭਾਰਤ ਵਰਸ਼ ਹੀ ਰੋਗੀ ਹੋ ਕੇ ਮਰ ਜਾਵੇਗਾ। ਗੁਰੂ ਗੋਬਿੰਦ ਸਿੰਘ ਕਹਿੰਦੇ ਸਿੰਘਾ ਤਲਵਾਰ ਚੁੱਕਣੀ ਪੈਣੀ ਹੈ ਮੁਗਲੀਆ ਸਲਤਨਤ ਦੇ ਲੋਕ ਦੇਸ਼ ਦੀ ਸੰਸਕ੍ਰਿਤੀ ਤੇ ਇਨਸਾਨੀਅਤ ਦੇ ਉੱਤੇ ਪੈਦਾ ਹੋਏ ਐਸੇ ਫੋੜੇ ਨੇ, ਜੇ ਕੱਟ ਕੇ ਨਾ ਸੁੱਟੇ ਗਏ ਤੇ ਇਹਨਾਂ ਤੈਨੂੰ ਲੈ ਬਹਿਣਾ ਹੈ, ਇਹ ਰੋਗ ਦੀ ਦਵਾਈ ਦੇਣੀ ਪੈਣੀ ਹੈ, ਕੀਟਾਣੂ ਮਾਰਨੇ ਹੀ ਪੈਣੇ ਨੇ, ਨਹੀਂ ਤੇ ਸਰੀਰ ਗਿਆ।
ਗਾਂਧੀ ਕਹਿੰਦਾ ਸੀ ਨਾ ਅਹਿੰਸਾ ਅਹਿੰਸਾ ਅਪਣਾ ਲਓ, ਚਰਖੇ ਗੇੜਿਆ ਕਰੋ ਤਲਵਾਰਾਂ ਨਾ ਗੇੜੋ, ਚਰਖੜੀਆਂ ਨਾ ਗੇੜੋ ਚਰਖੇ ਗੇੜੋ। ਤੇ ਮੈਂ ਗਾਂਧੀ ਨੂੰ ਪੁੱਛ ਲਵਾਂ ਵੀ ਤੈਨੂੰ ਕੋਈ ਏਦਾਂ ਦਾ ਰੋਗ ਲੱਗ ਜੇ, ਤੈਨੂੰ ਕੀੜੇ ਪੈ ਜਾਣ ਤੇ ਕੀ ਕੀੜਿਆਂ ਨੂੰ ਮਾਰਨ ਲਈ ਦਵਾਈ ਖਾਵੇਂਗਾ ਕਿ ਨਹੀਂ? ਇੱਥੇ ਹਰ ਬੰਦੇ ਦਾ ਜਵਾਬ ਹੈ ਵੀ ਖਾਣੀ ਪਵੇਗੀ, ਨਹੀਂ ਤੇ ਖੁਸ਼ੇ ਹੋ ਜਾਣੇ ਨੇ। ਬਸ ਇਉਂ ਸਮਝ ਲਓ, ਭਾਰਤ ਵਰਸ਼ ਦੀ ਸੰਸਕ੍ਰਿਤੀ ਨੂੰ ਮੁਗਲੀਆ ਸਲਤਨਤ ਦੇ ਲੋਕ ਐਸੇ ਕੀਟਾਣੂ ਬਣ ਕੇ, ਕੀੜੇ ਬਣ ਕੇ ਚੁੰਬੜੇ ਸਨ, ਜਿਨ੍ਹਾਂ ਨੂੰ ਤਲਵਾਰ ਦੀ ਦਵਾਈ ਨਾ ਦਿੱਤੀ ਜਾਂਦੀ ਤੇ ਸ਼ਾਇਦ ਅਫਗਾਨਿਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ ਵਾਂਗੂ ਅੱਜ ਭਾਰਤ ਵਰਸ਼ ਵਿੱਚ ਵੀ ਪੰਜ ਕਲਮਾਂ ਹੀ ਹੁੰਦੀਆਂ, ਨਾ ਗੁਰਦੁਆਰਿਆਂ ਦਾ ਕੀਰਤਨ ਹੁੰਦਾ ਤੇ ਨਾ ਮੰਦਰਾਂ ਦੇ ਟੱਲ ਹੁੰਦੇ ਤੇ ਨਾ ਭਾਊ ਜੀ ਪੰਡਤਾਂ ਦੀ ਧੋਤੀ ਬੋਧੀ ਲੱਭਦੀ ਕਿਤੇ। ਇਹ ਹੈ ਕਲਗੀ ਧਰ ਦੀ ਤਲਵਾਰ, ਇਹ ਐਸੀ ਦਵਾਈ ਬਣ ਗਈ ਜਿਹਨੇ ਸਾਰੇ ਹੀ ਕੀਟਾਣੂ ਮਾਰ ਸੁੱਟੇ ਭਾਰਤ ਵਰਸ਼ ਦੇ। ਸਨਾਤਨ ਧਰਮ ਹੈ ਹਿੰਦੂ ਮਤ, ਭਾਰਤ ਵਰਸ਼ ਤੇ ਸਦੀਆਂ ਤੋਂ ਮਾਲਕ ਰਿਹਾ ਹੈ, ਪਰ 700-800 ਸਾਲ ਇੰਨੀ ਆਬਾਦੀ ਹੋਣ ਦੇ ਬਾਵਜੂਦ ਵੀ ਜੇ ਭਗਤੀ ਦੇ ਨਾਲ ਹੀ ਮੁਗਲੀਆ ਸਲਤਨਤ ਦਾ ਤਖ਼ਤ ਪੁੱਟਿਆ ਜਾਂਦਾ ਸੀ ਤੇ 700 ਸਾਲ ਗੁਲਾਮ ਕਿਉਂ ਰਹੇ ਨੇ? ਆਓ ਪੁੱਛੀਏ ਉਸ ਮੁਸਲਮਾਨ ਵੀਰ ਨੂੰ ਵੀ ਜੇ ਸ਼ਹੀਦ ਨਾ ਹੁੰਦੇ, ਜੇ ਤਲਵਾਰ ਨਾ ਹੁੰਦੀ, ਜੇ ਗੁਰੂ ਗੋਬਿੰਦ ਸਿੰਘ ਤਲਵਾਰ ਨਾ ਫੜਾਉਂਦੇ, ਸ਼ਸਤਰ ਨਾ ਦਿੰਦੇ, ਆ ਕਿਰਪਾਨਾਂ ਨਾ ਹੁੰਦੀਆਂ ਤੇ ਕੀ ਹਸ਼ਰ ਹੁੰਦਾ? ਮੈਂ ਸਿੱਖ ਤੋਂ ਨਹੀਂ ਪੁੱਛਣਾ, ਕਿਉਂਕਿ ਸਿੱਖ ਤੇ ਆਪਣੇ ਗੁਰੂ ਦੀ ਵਡਿਆਈ ਕਰੇਗਾ। ਹਿੰਦੂ ਤੋਂ ਨਹੀਂ ਪੁੱਛਣਾ, ਉਹ ਆਖੇਗਾ ਨਹੀਂ ਨਹੀਂ ਸਾਡਿਆਂ ਨੇ ਆਜ਼ਾਦ ਕਰਾਇਆ ਹੈ। ਆਪਾਂ ਮੁਸਲਮਾਨ ਵੀਰ ਨੂੰ ਪੁੱਛੀਏ ਜਿਨ੍ਹਾਂ ਦਾ ਗੁਲਾਮ ਰਿਹਾ ਹੈ ਦੇਸ਼, ਵੀ ਤੁਹਾਡੀ ਜੜ ਪੁੱਟੀ ਕਿੰਨੇ ਹੈ? ਮੁਗਲਾਂ ਦੀ ਜੜ, ਮੁਸਲਮਾਨ ਧਰਮ ਦੀ ਨਹੀਂ। ਧਰਮ ਕੋਈ ਵੀ ਮਾੜਾ ਨਹੀਂ, ਗੁਰੂ ਕਿਸੇ ਦੇ ਵੀ ਖਿਲਾਫ ਨਹੀਂ, ਜੋ ਸਰਣੇ ਆਵੇ ਤਿਸ ਕੰਠ ਲਾਵੇ। ਪਰ ਹਰ ਧਰਮ ਦੇ ਵਿੱਚ ਕੁਝ ਸ਼ਰਾਰਤੀ ਅੰਸਰ, ਪਾਪੀ ਲੋਕ, ਜਿਵੇਂ ਫਸਲ ਦੇ ਅੰਦਰ ਬਾਥੂ ਗੰਦਗੀ ਕਾਂ ਕਿਆਰੀ ਪੈਦਾ ਹੁੰਦੀ ਹੈ, ਉਹ ਕੱਢਣੀ ਪੈਂਦੀ ਹੈ। ਮੁਗਲ ਇਸਲਾਮ ਜਗਤ ਵਿੱਚ ਪੈਦਾ ਹੋਈ, ਕਿਆਂ ਕਾਰੀ ਸੀ, ਉਹਨੂੰ ਕੱਢਣਾ ਪਿਆ। ਆਓ ਮੁਸਲਮਾਨ ਵੀਰ ਨੂੰ, ਸੱਚੇ ਮੁਸਲਮਾਨ ਨੂੰ ਪੁੱਛੀਏ ਵੀ ਕਿੰਨੇ ਮੁਗਲੀਆ ਸਲਤਨਤ ਦੀ ਜੜ ਪੁੱਟੀ ਹੈ? ਕੀ ਚਰਖੇ ਨਾਲ ਆਜ਼ਾਦੀਆਂ ਆਉਂਦੀਆਂ ਨੇ? ਕੀ ਮੰਦਰਾਂ ਦੇ ਬਾਹਰ ਬੈਠੇ ਮੰਤਰ ਪੜ੍ਹਨ ਵਾਲੇ ਪੰਡਤਾਂ ਨੇ ਆਜ਼ਾਦ ਕਰਾਇਆ ਮੁਗਲਾਂ ਤੋਂ? ਕਹਿੰਦਾ ਨਹੀਂ। ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ, ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ, ਸੁਨਤ ਹੋਤੀ ਸਭ ਕੀ। ਅਗਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾ ਹੁੰਦਾ ਤੇ ਦੀਨ ਦੁਨੀਆਂ ਦੇ ਮਾਲਕ ਅਕਾਲ ਪੁਰਖ ਦੇ ਚਰਨਾਂ ਦਾ ਭੌਰਾ ਬੁੱਲੇ ਸ਼ਾਹ ਕਹਿੰਦਾ ਸੁਨਤ ਹੋਤੀ ਸਭ ਕੀ, ਹਿੰਦੂ ਕੀ, ਸਿੱਖ ਕੀ, ਹਰ ਇੱਕ ਦੀ ਸੁਨਤ ਹੋ ਜਾਣੀ ਸੀ ਜੇ ਗੁਰੂ ਗੋਬਿੰਦ ਸਿੰਘ ਨੇ ਤਲਵਾਰ ਨਾ ਫੜੀ ਹੁੰਦੀ ਤੇ ਉਹਦਿਆਂ ਸ਼ਹੀਦਾਂ ਸਿਪਾਹੀਆਂ ਬਾਬਾ ਦੀਪ ਸਿੰਘ ਵਰਗਿਆਂ, ਬਾਬਾ ਵਿਧੀ ਚੰਦ ਵਰਗਿਆਂ, ਬਾਬਾ ਜੀਵਨ ਸਿੰਘ ਵਰਗਿਆਂ, ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਵਰਗਿਆਂ, ਬਾਬਾ ਤੇਗਾ ਸਿੰਘ ਵਰਗਿਆਂ ਤਲਵਾਰ ਨਾ ਫੜੀ ਹੁੰਦੀ ਤੇ ਆਜ਼ਾਦੀ ਤਲਵਾਰ ਨਾ ਆਈ ਹੈ। ਕਿਤੇ ਚਰਖਿਆਂ ਨਾਲ ਨਹੀਂ ਆਉਂਦੀ, ਤਰਲਿਆਂ ਨਾਲ ਆਜ਼ਾਦੀ ਨਹੀਂ ਆਉਂਦੀ। 700 ਸਾਲ ਤੋਂ ਤਰਲਾ ਕੱਢ ਹੀ ਰਹੇ ਸੀ ਭਾਰਤ ਦੇ ਲੋਕ, ਕੀ ਔਰੰਗਜ਼ੇਬ ਨੇ ਨਜ਼ਾਕਤ ਦੇ ਦਿੱਤੀ? ਨਾ, ਜਦੋਂ ਸ਼ੇਰ ਦੇ ਸਾਹਮਣੇ ਸ਼ੇਰ ਬਣ ਕੇ ਖਲੋਤਾ ਖਾਲਸਾ, ਫਿਰ ਸ਼ੇਰ ਮੁੜਿਆ ਹੈ।
ਜਦੋਂ ਔਰੰਗੇ ਵਰਗੇ ਸ਼ੇਰ ਸਾਹਮਣੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਬੱਬਰ ਸ਼ੇਰ ਬਣ ਕੇ ਖਲੋਤੇ, ਫੇਰੇ ਮੁੜੇ ਨੇ। ਸਿੱਖੋ ਪੰਜ ਕਕਾਰ ਨੇੜੇ ਰੱਖਿਆ ਕਰੋ, ਕਿਰਪਾਨਾਂ ਨੇੜੇ ਰੱਖਿਆ ਕਰੋ। ਕਈ ਵਾਰ ਕਹਿ ਦਿੰਦੇ ਜੀ ਕਿਰਪਾਨਾਂ ਦੀ ਕੀ ਲੋੜ, ਹੁਣ ਤੇ ਰਫਲਾਂ ਪਸਤੌਲ ਆ ਗਏ ਨੇ। 84 ਚ ਕੀ ਹੋਇਆ ਸਾਡੇ ਨਾਲ? ਕਿਰਪਾਨਾਂ ਦਿੱਤੀਆਂ ਨੇ, ਕਲਗੀਧਰ ਨੇ ਐਸੇ ਲਾਇਸੈਂਸ ਬਣਾਏ ਨੇ ਜਿਹੜੇ ਜ਼ਬਤ ਨਹੀਂ ਹੋ ਸਕਦੇ, ਤੇ 84 ਵਿੱਚ ਜਿਹੜੇ ਸਰਕਾਰੀ ਲਾਇਸੈਂਸ ਸਨ ਰਫਲਾਂ ਤੇ ਪਿਸਟਲ ਸਾਡੇ ਕੋਲ ਦਿੱਲੀ ਚ ਬੜੇ ਸਨ। ਸਰਕਾਰ ਨੇ ਤੇ ਸਾਡੇ ਤੇ ਜ਼ੁਲਮ ਕੀਤਾ ਸੀ, ਤੇ ਸਰਕਾਰ ਨੇ ਲਾਇਸੈਂਸ ਜਮ੍ਹਾਂ ਕਰ ਲਏ, ਹਥਿਆਰ ਜਮ੍ਹਾਂ ਕਰ ਲਏ, ਤੇ ਜਦੋਂ ਹਥਿਆਰ ਨਾ ਕੋਈ ਰਿਹਾ, ਗੁੰਡੇ ਆ ਗਏ, ਤੇਲ ਪਾਪਾ ਸਾਡੇ ਗਲਾਂ 'ਚ, ਟਾਇਰ ਪਾਪਾ, ਸਾਨੂੰ ਲੂਹ ਦਿੱਤਾ, ਸਾਡੀ ਨਸਲ ਕੁਸ਼ੀ ਕੀਤੀ, ਤੇ ਜਿਨ੍ਹਾਂ ਕੋਲ 3.5 ਫੁੱਟੀਆਂ 3 ਫੁੱਟੀਆਂ 2.5 ਫੁੱਟੀਆਂ ਤਲਵਾਰਾਂ ਤੇ ਤੇਗੇ ਸਨ, 100-100 ਗੁੰਡਾ ਉਹਨਾਂ ਨੇੜੇ ਨਹੀਂ ਆਇਆ। ਉਹਨਾਂ ਦੀ ਅੱਜ ਵੀ ਅੰਸ਼ ਜਿਉਂਦੀ ਹੈ ਜਿਨ੍ਹਾਂ ਆ ਪੰਜ ਕਕਾਰ ਨਹੀਂ ਛੱਡੇ, ਤੇ ਜਿਨ੍ਹਾਂ ਗੁਰੂ ਗੋਬਿੰਦ ਸਿੰਘ ਦੀਆਂ ਕਿਰਪਾਨਾਂ ਛੱਡ ਦਿੱਤੀਆਂ, ਪਸਤੌਲਾਂ ਤੇ ਰਫਲਾਂ ਦਾ ਆਸਰਾ ਸੀ ਉਹ ਤੇ ਸਰਕਾਰਾਂ ਨੇ ਜ਼ਬਤ ਕਰ ਲਏ, ਉਹਨਾਂ ਦਾ ਵਜੂਦ ਨਹੀਂ ਰਿਹਾ, ਤੇ ਜਿਨ੍ਹਾਂ ਪੰਜ ਕਕਾਰ ਰੱਖੇ ਅੱਜ ਵੀ ਵੇਖੋ ਉਹਨਾਂ ਦੇ ਘਰਾਂ ਦੇ ਦੀਵੇ ਬਲਦੇ ਨੇ। ਰੱਬ ਦਾ ਵਾਸਤਾ ਹੀ, ਕਿਰਪਾਨ ਨਾ ਛੱਡ ਦਈ, ਗੁਰੂ ਗੋਬਿੰਦ ਸਿੰਘ ਨੇ ਤੈਨੂੰ ਛੱਡ ਦੇਣਾ ਹੀ, ਤੇ ਜਿਹਨੂੰ ਗੁਰੂ ਗੋਬਿੰਦ ਸਿੰਘ ਛੱਡ ਦਵੇ ਉਹਦਾ ਹਸ਼ਰ ਬੜਾ ਮਾੜਾ ਹੁੰਦਾ ਹੈ। ਜਬ ਇਹ ਗਹੇ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜਿੰਨਾ ਚਿਰ ਪੰਜ ਕਕਾਰੀ ਹੈ, ਸਾਡੀ ਨਿਸ਼ਾਨੀ ਕੀ ਹੈ? ਹਿੰਦੂ ਵੀਰ ਦੀ ਨਿਸ਼ਾਨੀ ਕੀ ਹੈ? ਜਨੇਊ ਹੋਣਾ ਚਾਹੀਦਾ, ਧੋਤੀ ਬੋਧੀ ਚਾਹੀਦੀ ਹੈ। ਜੇ ਪੰਜ ਕਕਾਰ ਲਾ ਦਿੱਤੇ ਤਾਂ ਤੂੰ ਕੇਸਾ ਤਾਰੀ ਹਿੰਦੂ ਹੈ, ਐਵੇਂ ਨਾ ਦਾਵਾ ਕਰ ਮੈਂ ਸਿੱਖ ਹਾਂ। ਪੰਜ ਕਕਾਰ ਹੀ ਤੇਰੀ ਪਹਿਚਾਣ ਨੇ ਵੀ ਇਹ ਖਾਲਸਾ ਪੰਥ ਦੇ ਸਕੂਲ ਦਾ ਵਿਦਿਆਰਥੀ ਹੈ। ਜੇ ਤੁਹਾਡੇ ਬੱਚੇ ਨੇ ਵਰਦੀ ਨਾ ਪਾਈ ਹੋਵੇ, ਸਕੂਲ ਵਾਲੀ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਸਕੂਲ ਪੜ੍ਹਦਾ ਹੈ। ਪੰਜ ਕਕਾਰ ਤੇਰੀ ਵਰਦੀ ਨੇ, ਜਿੱਦਣ ਕਲਗੀਧਰ ਕਹਿੰਦਾ ਇਹ ਲਾਹ ਦਿੱਤੇ ਮੈਂ ਨਾ ਕਰੋ ਇਨ ਕੀ ਪ੍ਰਤੀਤ, ਜੇ ਵੱਖਰਾ ਬਣ ਕੇ ਰਿਹਾ, ਜਬ ਲਗ ਖਾਲਸਾ ਪੰਡਤਾਂ ਨਾਲੋਂ ਮੁਗਲਾਂ ਨਾਲੋਂ ਵੱਖਰਾ ਬਣ ਕੇ ਰਿਹਾ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਫਿਰ ਮੈਂ ਐਸਾ ਤੇਜ ਦਵਾਂਗਾ ਵੀ ਕੱਲਾ ਕੱਲਾ ਵੀ ਲੱਖਾਂ ਨੂੰ ਢਾ ਲਵੇਗਾ। ਜਦੋਂ ਤਲਵਾਰਾਂ ਛੱਡ ਦਿੱਤੀਆਂ ਤੇ ਕੱਲੇ ਤੋਂ ਕੀੜੀ ਵੀ ਨਹੀਂ ਢਣੀ ਤੇਰੇ ਕੋਲੋਂ, ਮੈਂ ਹੱਥ ਚੁੱਕ ਲੈਣਾ ਹੀ। ਦੁਨੀ ਚੰਦ ਦੇ ਸਿਰ ਤੋਂ ਹੱਥ ਚੁੱਕ ਲਿਆ ਤੇ ਹਾਥੀ ਨਾਲ ਲੜ ਨਹੀਂ ਪਾਇਆ। ਹਾਥੀ ਨਾਲ ਬੰਦਾ ਕਿੱਥੇ ਲੜ ਸਕਦਾ? ਬਾਬਾ ਬਚਿੱਤਰ ਸਿੰਘ ਦੇ ਸਿਰ ਤੇ ਹੱਥ ਰੱਖ ਦਿੱਤਾ ਤੇ ਹਾਥੀ ਢਾ ਲਿਆ। ਭਾਈ ਦਇਆ ਸਿੰਘ ਦੇ ਸਿਰ ਤੇ ਹੱਥ ਰੱਖਿਆ ਤੇ ਲੱਖਾਂ ਨਾਲ ਟਕਰਾ ਗਿਆ। ਬੇਦਾਵੀਆਂ ਦੇ ਸਿਰ ਤੋਂ ਹੱਥ ਚੁੱਕਿਆ ਤੇ ਕੀੜੀ ਨਹੀਂ ਮਾਰ ਪਾਏ। ਯਾਦ ਰੱਖੀ ਜਿੰਨੀ ਤਾਕਤ ਹੈ ਲੱਖਾਂ ਨਾਲ ਲੜਨ ਵਾਲੀ। ਬਾਬਾ ਦੇਗਾ ਸਿੰਘ ਵਰਗੇ ਸੈਂਕੜੇ ਮੁਗਲਾਂ ਨਾਲ ਜੂਝ ਗਏ, ਗੁਰੂ ਹਰਗੋਬਿੰਦ ਸਾਹਿਬ ਦਾ ਹੱਥ ਨਾ ਹੁੰਦਾ ਤੇ ਕੱਖ ਨਹੀਂ ਸੀ ਆਉਣਾ। ਇਹ ਜਿਨ੍ਹਾਂ ਦੇ ਸਿਰ ਤੇ ਹੱਥ ਹੈ ਸਭ ਖੇਡਾਂ ਉਹਨਾਂ ਖੇਡੀਆਂ ਨੇ।